ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ, ਉਸ ਤੋਂ ਬਾਅਦ ਉਹਨਾਂ ਨੂੰ ਫੜ ਕੇ ਥਾਣੇ ਵਿੱਚ ਲਿਆਂਦਾ ਗਿਆ। ਕੀ ਮਾਮਲਾ ਉਹਨਾਂ ਤੇ ਦਰਜ ਕੀਤਾ? ਇੱਕ ਨਾ ਜੀ ਹਰਾਜ ਪਿੰਡ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ। ਠੀਕ ਹੈ ਜੀ। ਉਹਨਾਂ ਵੱਲੋਂ 112 ਨੰਬਰ ਤੇ ਕਾਲ ਕੀਤੀ ਗਈ ਸੀ। ਕਾਲ ਕਰਨ ਤੋਂ ਬਾਅਦ ਪੁਲਿਸ ਪਾਰਟੀ ਪਿੰਡ ਪਹੁੰਚੀ। ਉਹਨਾਂ ਨੇ ਪੁਲਿਸ ਪਾਰਟੀ ਦੇ ਹਵਾਲੇ ਉੱਥੋਂ ਦੇ ਚਾਰ ਬੰਦੇ ਕੀਤੇ ਨੇ ਨਾਲ ਦੇ ਪਿੰਡ ਦੇ। ਠੀਕ ਹੈ ਜੀ। ਗੱਜਣ ਸਿੰਘ ਆ ਉਹਦਾ ਬੇਟਾ ਆ ਜੀ, ਰਣੀਆਂ। ਉਹ 4 ਬੰਦਿਆਂ ਦੇ ਬਰਖਿਲਾਫ FIR ਨੰਬਰ 24-2761 NDP ਸੈਕਟਰ ਦੀ ਦਰਜ ਕੀਤੀ ਗਈ। ਠੀਕ। ਉਹਨਾਂ ਦੇ ਦੱਸਣ ਦੇ ਮੁਤਾਬਕ ਪਿੰਡ ਵਾਲਿਆਂ ਦੀ ਗਵਾਹੀ ਦੇ ਨਾਲ ਕਿ ਵੀ ਬੰਦੇ ਅੱਗੇ ਵੀ ਸਾਡੇ ਪਿੰਡ 'ਚ ਆਉਂਦੇ ਸੀ ਅਤੇ ਨਸ਼ਾ ਕਰਦੇ ਆ ਜਾਂ ਵੇਚਦੇ ਆ। ਉਹਨਾਂ ਕੋਲੋਂ ਬਰਾਮਦਗੀ ਫਿਲਹਾਲ ਹਜੇ ਬੰਨੀ ਡੱਬੀ ਕੀਤੀ ਗਈ ਹੈ। ਬਾਕੀ ਜਿਹੜੀਆਂ ਚੀਜ਼ਾਂ ਹੋਰ ਸਾਹਮਣੇ ਆਉਣਗੀਆਂ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਕੱਲ੍ਹ ਨੂੰ ਪਤਾ ਲੱਗ ਜਾਊਗਾ। ਸਰ, ਲੱਗਦਾ ਨਹੀਂ ਕਿ ਮਤਲਬ ਕਿ ਕਰਫਿਊ ਲੱਗਣ ਦੇ ਬਾਵਜੂਦ ਵੀ ਜਿਹੜਾ ਨਸ਼ਾ ਪਿੰਡਾਂ ਵਿੱਚ ਵਿਕ ਰਿਹਾ ਕਿਤੇ ਨਾ ਕਿਤੇ, ਮਤਲਬ ਕਿ ਦੇਖੋ ਕੁਛ ਜਾਇਜ਼ ਤੌਰ 'ਤੇ ਇਹ ਗੱਲ ਮੰਨਣਯੋਗ ਵੀ ਹੈ ਜੀ ਤੁਹਾਡੀ, ਪਰ ਫਿਰ ਵੀ ਪੁਲਿਸ ਵੱਲੋਂ ਕਾਫੀ ਪਿੰਡ ਵਾਲੇ ਕਾਫੀ ਅਵੇਅਰ ਹੋਏ ਨੇ। ਠੀਕ ਹੈ। ਵੀ ਕਰਫਿਊ ਲੱਗਣ ਦੇ ਬਾਹਰੋਂ ਕਿਸੇ ਕੋਈ ਵੀ ਬੰਦਾ ਉਹਨਾਂ ਦੇ ਪਿੰਡਾਂ ਦੇ ਵਿੱਚ ਇੰਟਰ ਕਰਦਾ ਤਾਂ ਉਹ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦਿੰਦੀ ਆ। ਠੀਕ। ਇਸ ਲਈ ਕਾਰਵਾਈ ਅੱਜ ਵੀ ਅਮਲ 'ਚ ਲਿਆਂਦੀ ਗਈ ਹੈ ਕਿ ਉਹਨਾਂ ਨੇ ਸਾਨੂੰ ਤੁਰੰਤ ਇਨਫੋਰਮੇਸ਼ਨ ਦੇ ਦਿੱਤੀ ਕਿ ਸਾਡੇ ਪਿੰਡ ਦੇ ਵਿੱਚ ਬਾਹਰਲੇ ਪਿੰਡ ਤੋਂ ਬੰਦੇ ਆਏ। ਠੀਕ।